ਉਸ ਤੋਂ ਉੱਤੋਂ ਸਟਿਆ ਥੋੜ੍ਹਾ ਜਿਹਾ ਮੋਬਲਾਇਲ ਨਵਾਂ, ਅਤੇ ਹੁਣ ਵੇਖ ਲਓ ਸਪੇਟ ਵੱਧ ਗਈ ਹੈ। ਨਵਾਂ ਮੋਬਲਾਇਲ ਜਿਹੜਾ ਉਹ ਆ ਗਈ ਆ, ਹੁਣ ਡੱਕਣ ਬੰਦ ਕਰਨ ਦੇ ਪਿਆ, ਨੱਟ ਲੈਂਦੇ ਪਿਆ। ਬਿਸਮਿਲ੍ਲਾ ਰਹਿਮਾਨ ਰਹੀਮ। ਖਾਲੀ ਹੋਇਆ ਖਲੋਤਾ ਇਹ ਵੇਖ ਲਓ, ਇਹਦੇ ਵਿੱਚ ਕਾਸ਼ ਹੀ ਕਾਜ ਨਹੀਂ ਮੋਬਲਾਇਲ ਦੇ ਵਿੱਚ ਕੋਈ ਨਹੀਂ, ਕਿਉਂਕਿ ਮੈਂ ਇਹ ਵੇਖ ਲਓ ਕਾਫੀ ਦੇਰ ਦਾ ਇੱਥੇ ਗੱਡੀ ਖਲਾਰ ਕੇ ਗਈਆਂ ਵਾਂ। ਅਤੇ ਬਿਸਮਿਲ੍ਲਾ ਰਹਿਮਾਨ ਰਹੀਮ। ਦੋਸਤੋ, ਗੱਡੀ ਕੋਈ ਵੀ ਹੋਵੇ ਤੁਹਾਡੇ ਕੋਲੋਂ, ਉਹਦਾ ਟਾਈਮ ਦੇ ਉੱਤੇ ਮੋਬਲਾਇਲ ਚੇਂਜ ਕਰਨਾ ਚਾਹੀਦਾ। ਅਸਾਂ ਇਹ ਨਵਾਂ ਲਾ ਕੇ ਆਉਂਦਾ ਹੈ, ਹੁਣ ਇਹਦਾ ਚੇਂਜ ਕਰਦੇ ਪਏ ਹਾਂ, ਕਿਉਂਕਿ ਸੀਜ਼ਨ ਇਹ, ਹੁਣ ਇਹਦਾ ਚੇਂਜ ਕਰਨਾ ਪੈਂਦਾ ਜੀ। ਅਗਲਾ ਮੋਬਲਾਇਲ ਥੋੜ੍ਹਾ ਜਿਹਾ ਯਾਨੀ ਕਿ ਖਤਮ ਹੋਇਆ ਖਲੋਤਾ ਜੀ। ਕਿਹਦੇ ਰੱਖੀ ਜੀ? ਪਰੂ ਮੁਬਸ਼ਿਰ ਅਲੀ ਬੈਠਾ ਅਤੇ ਅੱਗੂ ਬੈਠਾ ਜਨਾਬ ਅਲੀ ਮੁਦੱਸਰ ਅਲੀ। ਅਤੇ ਅਸਾਂ ਹੁਣ ਇਹਦਾ ਗਾਸਾ ਪਿਆ ਹੋਇਆ ਗੱਡੀ ਦਾ, ਕੱਢਦੇ ਇਹ ਕੇਨ ਦੇ ਵਿੱਚ, ਇਹ ਚੈੱਕ ਕਰ ਸਕਦੇ ਹੋ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਉਮੀਦ ਕਰਦੇ ਹਾਂ ਫਿਟ ਫਾਟ ਹੋ। ਤੁਸੀਂ ਵੇਖਦੇ ਪਏ ਹੋ ਸਾਡਾ ਆਪਣਾ ਯੂਟਿਊਬ ਚੈਨਲ ਨਸੀਬ ਆਪਣਾ ਟੀਵੀ। ਅਤੇ ਦੋਸਤੋ, ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਕਰਦੇ ਪਏ ਹਾਂ, ਅਤੇ ਕੁਝ ਇਹਦੇ ਤੋਂ ਤੁਹਾਨੂੰ ਫਾਇਦਾ ਵੀ ਹੋ ਸੀ। ਜਿਹੜੇ ਸਾਡੇ ਡਰਾਈਵਰ ਹਜ਼ਰਾਤ ਬਿਰਾ ਹੋ ਜਾਂ ਟਰੈਕਟਰ ਰੱਖਦੇ ਹੋ, ਤੁਹਾਨੂੰ ਅਸਾਂ ਪੈਗਾਮ ਇਹ ਦੇਣਾ ਚਾਹੁੰਦੇ ਹਾਂ ਬਈ ਗੱਡੀ ਦਾ ਤੇਲ ਪਾਣੀ ਜਿਹੜਾ ਉਹ ਟਾਈਮ 'ਤੇ ਚੇਂਜ ਕਰਨਾ ਚਾਹੀਦਾ। ਹਾਂ, ਟਾਈਮ ਦੇ ਉੱਤੇ ਤੇਲ ਪਾਣੀ ਚੇਂਜ ਕਰਨਾ ਚਾਹੀਦਾ। ਅਸਾਂ ਹੁਣ ਜਨਾਬ ਵਾਲੀ ਇਹ ਮੋਬਲਾਇਲ ਦਾ ਲੈ ਕੇ ਆ ਗਏ ਹਾਂ ਅਤੇ ਚੇਂਜ ਕਰਦੇ ਪਏ ਹਾਂ। ਮੋਬਲਾਇਲ ਤੁਹਾਡੇ ਨਾਲ ਸ਼ੇਅਰ ਕਰੀਏ, ਆਰ ਟੀ ਸਿਲਵਰ, ਅਤੇ ਫਿਲਟਰ ਆਉਂਦਾ ਅਸਾਂ ਇਹ ਪੀਆ, ਇਹ ਚੈੱਕ ਕਰੋ, ਇਹ ਵੇਖ ਲਓ ਗਾਰਡ ਵਾਲਿਆਂ ਦਾ। ਹੁਣ ਤਾਂ ਪਹਿਲੇ ਕੱਢ ਲਵੀਏ ਮੋਬਲਾਇਲ ਜਿਹੜਾ ਗਾਸ ਆ ਉਹ, ਅਤੇ ਉਸ ਤੋਂ ਬਾਅਦ ਜੀ ਮੋੜੇ ਦਾ ਮੋਬਲਾਇਲ ਵਿੱਚ ਪੈਸੋ ਨਵਾਂ ਪਹਿਲੇ ਗਾਸਾ ਕੱਢੀਏ, ਅਤੇ ਉਸ ਤੋਂ ਬਾਅਦ ਨਵਾਂ ਮੋਬਲਾਇਲ ਵਿੱਚ ਪਾ ਦਿਸਾਂ ਇਹਦੇ ਨਟ ਖੋਲੀਏ, ਇਹ ਚੈੱਕ ਕਰੋ। ਬਿਸਮਿਲ੍ਲਾ ਰਹਿਮਾਨ ਰਹੀਮ। ਖੁੱਲ ਜਾ ਸਿਮ ਸਿਮ। ਖੁੱਲ ਜਾ ਸਿਮ ਸਿਮ। ਚੈੱਕ ਕਰ ਸਕਦੇ ਹੋ ਮੋਬਲਾਇਲ ਜਿਹੜਾ ਉਹ ਨਿਕਲਦਾ ਪਿਆ। ਮਾਸ਼ਾ ਅੱਲਾ ਗਾਸਾ ਨਿਕਲ ਰਹੀ ਹੈ, ਗਾਸਾ। ਬਾਕੀ ਦੋਸਤੋ, ਅਸਾਂ ਮਿਸਤਰੀਆਂ ਕੋਲੋਂ ਕਦੀ ਮੰਨ ਕੇ ਸਰਵਿਸ ਨਹੀਂ ਕਰਾਈ। ਅਸਾਂ ਘਰ ਮੋਬਲਾਇਲ ਆਪ ਲਾਇਮ ਦਿੰਦੇ ਹਾਂ ਅਤੇ ਆਪ ਬਹਿ ਕੇ ਸਰਵਿਸ ਕਰਦੇ ਹੁੰਦੇ ਹਾਂ, ਕਿਉਂਕਿ ਜਿਹੜਾ ਇਹ ਗਾਸਾ ਹੈ ਨਾ, ਇਹ ਕੇਨ ਦੇ ਵਿੱਚ ਅਸਾਂ ਜਮ੍ਹਾਂ ਕੀਤੀ ਰੱਖਦੇ ਹਾਂ। ਜਿਸ ਟਾਈਮ ਕੇਨ ਫੁੱਲ ਹੋ ਜਾਂਦੀ ਉਸ ਟਾਈਮ ਇਹ ਗਾਸਾ ਜਿਹੜਾ ਉਹ ਵਿਕਦਾ, ਬੜਾ ਮਹਿੰਗਾ, ਤਕਰੀਬਨ 150-200 ਰੁਪਇਆ ਲੀਟਰ ਜਿਹੜਾ ਉਹ ਸੇਲ ਹੋ ਜਾਂਦਾ। ਉਹ ਤੇਰੀ 150-200 ਰੁਪਇਆ ਇਹ ਸੇਲ ਹੋ ਜਾਂਦਾ, ਅਤੇ ਜਿਹੜਾ ਮੋਬਲਾਇਲ ਉਹ ਅੱਜ ਕੱਲ੍ਹ ਬੜਾ ਮਹਿੰਗਾ ਮਿਲਦਾ ਪਿਆ। ਇਹ ਹੁਣ 5500 ਰੁਪਏ ਦਾ ਸਾਨੂੰ ਗੈਲਣ ਮਿਲਿਆ, ਇਹ ਆਰ ਟੀ ਸਿਲਵਰ ਦਾ 5500 ਪੂਰੇ ਦਾ, ਉਹਨਾਂ ਸਾਨੂੰ ਵਿੱਚੋਂ 50 ਰੁਪਈਆ ਹੀ ਨਹੀਂ ਲੈਸ ਕੀਤਾ। ਓਏ ਆਰਾਮ ਕਰ ਬਾ, ਓਏ ਡਸ। ਹਮ
ਦੋਸਤੋ ਅਸਾਂ ਯੋਏ ਆਰਟੀ ਸਿਲਵਰ ਕਿਉਂਕਿ ਕਰਿੰਦੇ ਹੁੰਦੇ ਹਾਂ ਸਰਵਿਸ ਦੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸਾਡੇ ਕੋਲੋਂ ਆਰਟੀ ਸਿਲਵਰ ਜਿਹੜਾ ਇੰਜਣ ਦੇ ਵਿੱਚ ਠੀਕ ਚੱਲ ਪੈਂਦਾ ਗੱਡੀ ਦੇ ਇੰਜਣ ਦੇ ਵਿੱਚ ਇਹਦਾ ਅੱਛਾ ਰਿਜ਼ਲਟ ਆਉਂਦਾ ਹੈ ਇਸ ਆਰਟੀ ਸਿਲਵਰ ਦਾ। ਬਾਕੀ ਕਮੈਂਟ ਦੱਸਿਆ ਹੈ ਬਈ ਤੁਸਾਂ ਆਪਣੇ ਟਰੈਕਟਰ ਦੇ ਵਿੱਚ ਅਗਰ ਮੇਰੀ ਵੀਡੀਓ ਵੇਖਦੇ ਪਏ ਹੋ ਟਰੈਕਟਰ ਰੱਖਣ ਵਾਲੇ ਹਜ਼ਰਤ ਵੀਰਾ ਤੁਸਾਂ ਆਪਣੇ ਟਰੈਕਟਰਾਂ ਦੇ ਵਿੱਚ ਕਿਹੜਾ ਮੋਬਾਈਲ ਪੈਂਦੇ ਹੋ। ਅਤੇ ਇਦੂ ਮੋਬਾਈਲ ਸ਼ੇਰ ਅਲੀ ਖਾਨ ਬਿੱਲ ਲਾਇਕ ਆ ਜਾਵਾ ਐ ਵੇਖ ਲਓ ਬਿੱਲ ਵੇਖ ਲਓ ਕੇਨ ਥੱਲੇ ਲੱਗੀ ਪਈ ਹੈ ਹਾਲੇ ਤੋਂ ਜਿਹੜਾ ਗਸ ਆ ਨਾ ਉਹ ਥੋੜ੍ਹਾ ਥੋੜ੍ਹਾ ਨਿਕਲ ਰਹੀ ਹੈ ਜਿਸ ਟਾਈਮ ਫੁੱਲ ਬਈ ਗਸ ਆ ਵਿੱਚੋਂ ਗੱਡੀ ਦੇ ਨਿਕਲਮ ਸੀ ਉਸ ਟਾਈਮ ਉੱਤੋਂ ਨਵਾਂ ਮੋਬਾਈਲ ਪੈਸਾ ਹੈ। ਬਾਕੀ ਦੋਸਤੋ ਚੈੱਕ ਕਰੋ ਮਾਹੌਲ ਮਾਸ਼ਾ ਅੱਲਾ ਕਿਆ ਹੀ ਬਾਤ ਹੈ। ਦੋਸਤੋ ਚੈੱਕ ਕਰ ਸਕਦੇ ਹੋ ਬਈ ਮੋਬਾਈਲ ਜਿਹੜਾ ਕੱਢ ਲਿਆ ਇਹ ਦੂਜੀ ਵਾਰੀ ਅਸਾਂ ਗਸ ਆ ਕੱਢੀ ਖਲੋਤੇ ਹਾਂ ਯਾਨੀ ਕਿ ਸਕੇਨ ਦੇ ਵਿੱਚ ਅਤੇ ਉੱਤੋਂ ਤਕਰੀਬਨ 4 ਲੀਟਰ 7-8 ਲੀਟਰ ਹੋਰ ਹੋ ਸੀ ਅਤੇ ਕੇਨ ਫੁੱਲ ਹੋ ਗਈ ਸੀ 20 ਲੀਟਰਾਂ ਦੀ ਕੇਨ ਇਹ ਪਈ ਅਤੇ ਹੁਣ ਫਿਲਟਰ ਖੁੱਲਿਆਂਦੇ ਪਿਆ ਹੈ ਆਇਲ ਫਿਲਟਰ ਖਾਲੀ ਹੋਇਆ ਖਲੋਤਾ ਇਹ ਵੇਖ ਲਓ ਇਹਦੇ ਵਿੱਚ ਕਾਸ਼ਾ ਹੀ ਕਾ ਨਹੀਂ ਮੋਬਾਈਲ ਇਹਦੇ ਵਿੱਚ ਕੋਈ ਨਹੀਂ ਕਿਉਂਕਿ ਮੈਂ ਇਹ ਵੇਖ ਲਓ ਕਾਫੀ ਦੇਰ ਦਾ ਇੱਥੇ ਗੱਡੀ ਖਿਲਾਰ ਕੇ ਗਈਆਂ ਵਾਂ ਅਤੇ ਹੇਠਾਂ ਜਿਹੜਾ ਮੋਬਾਈਲ ਬਿਲਕੁਲ ਹੇਠਾਂ ਚੈਂਬਰ ਲਾਏ ਗਈ ਆਈ ਅਤੇ ਗਾਸ ਆ ਜਿਹੜਾ ਉਹ ਨਿਕਲ ਆਇਆ ਇੱਥੇ ਜਾ ਪੋਤਰੋਏ ਹੁਣ ਇੱਥੇ ਨਵਾਂ ਫਿਲਟਰ ਲਾਈ ਸੂੰ ਪਹਿਲੇ ਥੋੜ੍ਹਾ ਜਿਹਾ ਤੂੰ ਮੋਬਾਈਲ ਸਟੇਨੇ ਆ ਤੱਲੋਂ ਸਾਫ਼ ਸੁਥਰਾ ਮੋਬਾਈਲ ਨਿਕਲ ਸੀ ਅਤੇ ਮੁੜ ਉਸ ਤੋਂ ਬਾਅਦ ਆ ਕੇ ਨਟ ਕੱਸ ਛੁੜੇ ਸਾਂ ਜ਼ਰੀ ਦਰੀ ਚੁਆਕਾ ਚੁਆਕਾ ਡਾਂਦਾ ਖਲੋਤਾ ਮੁੜ ਨਵਾਂ ਮੋਬਾਈਲ ਉੱਤੋਂ ਪਾ ਕੇ ਥੋੜ੍ਹਾ ਜਿਹਾ ਰੋਣ ਦੀ ਸਾਂ ਇੱਥੋਂ ਤਾਜ਼ਾ ਮੋਬਾਈਲ ਉੱਤਾ ਥੋੜ੍ਹਾ ਜਿਹਾ ਚਾਹੀ ਸੀ ਅਤੇ ਮੁੜ ਉਸ ਤੋਂ ਬਾਅਦ ਉੱਤੇ ਨਵਾਂ ਫਿਲਟਰ ਲਈ ਸਾਂ ਹੁਣ ਚੱਲ ਕੇ ਪਰੂ ਸਟੇਨੇ ਆ ਮੋਬਾਈਲ ਥੋੜ੍ਹਾ ਜਿਹਾ ਵਿੱਚ ਪਹਿਲੇ ਜਿਹੜੀ ਗਿਰ ਨਹੀਂ ਉਹਨੂੰ ਸਾਫ਼ ਕਰ ਲਵੀਏ। ਦੋਸਤੋ ਉੱਤੋਂ ਸਟਿਆ ਥੋੜ੍ਹਾ ਜਿਹਾ ਮੋਬਾਈਲ ਨਵਾਂ ਅਤੇ ਹੁਣ ਵੇਖ ਲਓ ਸਪੇਟ ਵੱਧ ਗਈ ਹੈ ਨਵਾਂ ਮੋਬਾਈਲ ਜਿਹੜਾ ਉਹ ਆ ਗਈ ਆ ਹੁਣ ਡੱਕਣ ਬੰਦ ਕਰਨ ਦੇ ਪਿਆ ਨਟ ਲੈਂਦੇ ਪਿਆ ਬਿਸਮਿਲ੍ਲਾ ਰਹਿਮਾਨ ਰਹੀਮ ਚੈੱਕ ਕਰੋ ਨਟ ਗਿਆ ਕਸੀ ਅਤੇ ਹੁਣ ਉੱਤੋਂ ਪੈਂਦੇ ਆ ਨਵਾਂ ਅਤੇ ਫਰੈਸ਼ ਫਰੈਸ਼ ਤਾਜ਼ਾ ਤਾਜ਼ਾ ਮੋਬਾਈਲ ਪਰ ਉਹ ਨਟ ਲਾ ਛੋੜਿਆ ਸੀ ਅਤੇ ਹੁਣ ਚਾਹੀਦੇ ਪਏ ਆ ਮੋਬਾਈਲ ਫਰੈਸ਼ ਫਰੈਸ਼ ਅਤੇ ਵਿੱਚ ਪੈਂਦੇ ਪਏ ਆ ਮਾਸ਼ਾ ਅੱਲਾ ਮਾਖੀ 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 ਆਰਟੀ ਸਿਲਵਰ ਮਾਸ਼ਾ ਦੋਸਤੋ ਗੱਡੀ ਦਾ ਤੇਲ ਪਾਣੀ ਟਾਈਮ ਦੇ ਉੱਤੇ ਤਬਦੀਲ ਕੀਤਾ ਕਰੋ ਅਤੇ ਚੈੱਕ ਕੀਤਾ ਕਰੋ ਗੱਡੀ ਦੀ ਜ਼ਿੰਦਗੀ ਵੱਧਦੀ ਹੈ
ਮਾਸ਼ਾਅੱਲਾ ਟਾਈਮ ਤੇ ਅਗਰ ਮੋਬਾਈਲ ਗੱਡੀ ਦਾ ਹੁੰਦਾ ਰਹੇ ਟਾਈਮ ਦੇ ਉੱਤੇ ਤਾਂ ਕਮ ਅਜ਼ ਕਮ ਇੰਜਣ ਜਿਹੜਾ ਉਹ ਕਾਫੀ ਅਰਸਾ ਚੱਲ ਪੈਂਦਾ ਹੈ। ਅਗਰ ਮੋਬਾਈਲ ਲੇਟ ਕੀਤੀ ਰੱਖੀ ਵੇ ਤਾਂ ਇੰਜਣ ਜਲਦੀ ਗੱਡੀ ਦਾ ਖਤਮ ਹੋ ਜਾਂਦਾ ਹੈ। ਇਹ ਗੱਲ ਜ਼ਿਹਨ 'ਚ ਪਾ ਲਓ, ਮੋਬਾਈਲ ਕੀ ਆਏ ਓਕੇ ਉੱਤੇ ਪਾਏ ਸਾਰਾ, ਹੁਣ ਚੱਲਦੇ ਹਾਂ ਨੱਟ ਐਡ ਕਰਦੇ ਹਾਂ ਇਹਦੇ ਉੱਤੇ ਦੇ ਲਵੀਏ ਢੱਕਣ ਕਿਦਾਂ ਹੀ ਬਿਟੀ ਨਾ ਜਾਵੇ ਗਾਸਾ। ਮਾਸ਼ਾਅੱਲਾ ਹੁਣ ਇਹਨੂੰ ਚਾਬੀ ਪਾ ਕੇ ਅਤੇ ਟਾਈਟ ਕਰ ਛੋੜੀਏ ਕਾਬਲੇ ਨੂੰ। ਮਾਸ਼ਾਅੱਲਾ ਨਟ ਸਾਡਾ ਹੋ ਗਿਆ ਫਰੈਸ਼ ਫਰੈਸ਼ ਟਾਈਟ। ਬਾਕੀ ਦੋਸਤੋ ਕਮੈਂਟ ਦੱਸੇ ਸੋ ਸਾਡੀ ਵੀਡੀਓ ਤੁਹਾਨੂੰ ਕੈਸੀ ਲੱਗਦੀ ਪਈ ਹੈ। ਅਗਰ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗਦੀ ਪਈ ਹੈ ਤਾਂ ਵੀਡੀਓ ਸਾਡੀ ਲਾਈਕ ਮਾਰੇ ਸੋ, ਅਤੇ ਜਿਹੜੇ ਜਿਹੜੇ ਵੀਰਾ ਚੈਨਲ ਦੇ ਉੱਤੇ ਨਵੇਂ ਹੋ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਸੋ। ਮਾਸ਼ਾਅੱਲਾ ਹੁਣ ਫਿਲਟਰ ਪਾਈਏ, ਖੁੱਲ ਜਾ ਸਿਮ ਸਿਮ। ਲਓ ਜੀ ਨਿਊ ਤਾਜ਼ਾ ਤਾਜ਼ਾ ਫਿਲਟਰ, ਕਿਆ ਬਾਤ ਹੈ। ਹੁਣ ਦੋਸਤੋ ਫਿਲਟਰ ਲਾ ਲਵੀਏ, ਦੋਸਤੋ ਜਿਹੜਾ ਤੇਲ ਪਾਣੀ ਆਉਂਦਾ ਨਾ ਟਾਈਮ ਦੇ ਉੱਤੇ ਚੇਂਜ ਹੁੰਦਾ ਰਹੇ ਤਾਂ ਕਾਫੀ ਸਾਰਾ ਫਾਇਦਾ ਹੁੰਦਾ ਹੈ। ਬਾਕੀ ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਦੱਸੋ ਸੋ ਸਾਡੀ ਵੀਡੀਓ ਤੁਹਾਨੂੰ ਕੈਸੀ ਲੱਗੀ। ਉਮੀਦ ਕਰਦੇ ਹਾਂ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਤੁਹਾਨੂੰ ਪਸੰਦ ਆਇਓ ਸੀ। ਅਗਰ ਸਾਡਾ ਵਲੌਗ ਪਸੰਦ ਆਇਆ ਸਾਡਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰੇ ਸੋ, ਅਤੇ ਇਹੋ ਜਿਹਾ ਵਲੌਗ ਅਤੇ ਟਰੈਕਟਰ ਦੀ ਵੀਡੀਓ ਅਸਾਂ ਆਪਣੇ ਚੈਨਲ ਉੱਤੇ ਅਪਲੋਡ ਕਰਦੇ ਰਸਾਂ ਹੈ। ਅਤੇ ਤੁਸਾਂ ਸਾਡੇ ਨਾਲ ਰਹਿਣਾ ਹੈ ਅਤੇ ਤੁਸਾਂ ਸਾਨੂੰ ਸਪੋਰਟ ਕਰਨੀ ਹੈ, ਠੋਕ ਕੇ ਕੰਜੂਸੀ ਨਹੀਂ ਕਰਨੀ ਦੋਸਤੋ। ਅਸਾਂ ਤੁਹਾਨੂੰ ਆਪਣਾ ਮਾਹੌਲ ਜਿਹੜਾ ਸਾਰਾ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ, ਦਿਹਾਤੀ ਦੇਸੀ ਮਾਹੌਲ, ਤਾਂ ਕਿ ਸਾਡੇ ਜਿਹੜੇ ਵੀਰਾਂ ਬਾਹਰ ਬੈਠੇ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਇੰਟਰਟੇਨਮੈਂਟ ਹੋਵੇ, ਉਹਨਾਂ ਨੂੰ ਪਿਛਲਾ ਪਾਕਿਸਤਾਨ ਦਾ ਮਾਹੌਲ ਜਿਹੜਾ ਉਹ ਅਸਾਂ ਵੀਡੀਓ ਬਣਾ ਕੇ ਉਹਨਾਂ ਨਾਲ ਸ਼ੇਅਰ ਕਰਦੇ ਹਾਂ, ਉਹਨਾਂ ਨੂੰ ਵਿਖਾਈਂਦੇ ਹਾਂ ਤਾਂ ਕਿ ਖੁਸ਼ ਰਹਿਣ ਅਤੇ ਆਬਾਦ ਰਹਿਣ। ਪਰਦੇਸੀ ਵੀਰਾ ਸਾਡੇ ਪਰੇਸ਼ਾਨ ਹੋਵੇ ਅਤੇ ਖਾਸ ਤੌਰ ਡਰਾਈਵਰ ਵੀਰਾ, ਕਿਉਂਕਿ ਉਹ ਤਾਂ ਪਰਦੇਸ ਦੇ ਵਿੱਚ ਆਉਂਦੇ ਨੇ ਜਾਂ ਆਪਣੀਆਂ ਨੌਕਰੀਆਂ ਦੇ ਉੱਤੇ ਆਉਂਦੇ ਨੇ ਡਰਾਈਵਰਿੰਗ 'ਤੇ। ਅਤੇ ਮਾਸ਼ਾਅੱਲਾ ਇਦੋਂ ਸੂਰਜ ਦਾ ਤੁਹਾਨੂੰ ਵੈਦਰ ਚੈੱਕ ਕਰਾਵਾਂ। ਮਾਸ਼ਾਅੱਲਾ ਟਾਈਮ ਸਾਡੇ ਕੋਲ ਆਉਂਦਾ ਪਈ ਹੈ 6:21, ਅਤੇ ਤਰੀਕ ਅੱਜ 5ਵੇਂ ਮਹੀਨੇ ਦੀ 1 ਤਰੀਕ ਹੈ 2024। ਅਤੇ ਬਾਕੀ ਦੋਸਤੋ ਅੱਜ ਦੀ ਵੀਡੀਓ ਦਾ ਇੱਥਾਂ ਹੀ ਕਰਦੇ ਪਏ ਹਾਂ ਐਂਡ। ਉਮੀਦ ਕਰਦੇ ਹਾਂ ਸਾਡਾ ਵਲੌਗ ਤੁਹਾਨੂੰ ਅੱਛਾ ਲੱਗੋ ਸੀ। ਅਗਰ ਸਾਡਾ ਵਲੌਗ ਅੱਛਾ ਲੱਗਾ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਸੋ, ਅਤੇ ਮਿਲਸਾਂ ਕਿਸੇ ਨੈਕਸਟ ਵਲੌਗ ਦੇ ਵਿੱਚ। ਤਦ ਤੱਕ ਕੇ ਲੀਏ ਅੱਲਾ ਹਾਫਿਜ਼, ਬਾਏ।